अगर आपने हमारा चैनल सब्सक्राइब नहीं किया है तो सामने सब्सक्राइब का बटन दिख रहा है, प्लीज सब्सक्राइब करें। और उसके साथ ही नोटिफिकेशन बेल आ रहा है, उसे भी क्लिक करें ताकि तुरंत नोटिफिकेशन आ जाए जो वीडियो हम अपलोड करें। आया राजा राम जी का प्यारा,
अपने सतगुर दे अपने प्यारे दे जोड़ दे विच कर दिया राह वाल अखा ला के बैठिया सन संगत अज उन्होंने मन दे विच चाह है अज उन्होंने मन दे विच बड़ा वड्डा खुशियां भरिया ये दिन है जिहड़े दिन दे विच संत भगवान दास महाराज जी दे दर्शन कर रहे हैं। सो सतसंग जी अज देशों विदेशों के दे सतगुरु बाबा मेला राम महाराज जी की 65वीं बरसी देशों विदेशों के दे भी मनाई जा रही है। आ एक संगत मैं देखा वो कहते गुरु जी आए तब असी जाना भोपाल तो आए ने भोपाल तो मध्य प्रदेश भोपाल भोपाल तो आए ने कहते गुरु जी को असी परमेश्वर दीता बन्ना सारे बोलो परमेश्वर दीता बन्ना परमेश्वर दीता बन्ना दुख रोग कटे दुख रोग कटे
Thank you.
Oh.
जीगा
ਸਾਡੇ ਵਿੱਚ ਜਿਹੜੇ ਬਾਬਾ ਜੀ ਦੀ ਸਰੀਰ ਦੀ ਰੋਗ ਦਾ ਨਿਵਾਰਨ ਕਰਨ ਵਾਸਤੇ ਤਤਪਰ ਹੈ 24 ਘੰਟੇ ਇਸ ਤਰ੍ਹਾਂ ਉਹਨਾਂ ਦੇ ਮੋਹਰੇ ਦੁਨੀਆ ਬੈਠੀ ਰਹਿੰਦੀ ਹੈ, ਹਜ਼ਾਰਾਂ ਦੀ ਤਾਦਾਦ ਵਿੱਚ ਲਾਈਨਾਂ ਲੱਗੀਆਂ ਰਹਿੰਦੀਆਂ, ਪਰ ਉਹਨਾਂ ਨੂੰ ਸਭ ਨੂੰ ਪਿਆਰਦੇ ਹੋਏ ਸਭ ਨੂੰ ਪਿੱਛੇ ਕਰਦੇ ਹੋਏ ਬਾਬਾ ਜੀ ਦੇ ਪਿਆਰ ਦੇ ਨਾਲ ਅੱਜ ਸਾਡੇ ਵੈਦ ਸਾਹਿਬ ਪਠਾਨਕੋਟ ਵਾਲੇ ਵਿਸ਼ੇਸ਼ ਕਰਕੇ ਤੁਹਾਡੇ ਪਿਆਰ ਨਾਲ ਬੰਧੇ ਹੋਏ ਕਿ ਬਾਬਾ ਜੀ ਦੇ ਕਿੰਨੇ ਪਿਆਰੇ ਲੋਕ ਆ ਤੁਹਾਡੇ ਪਿਆਰ ਦੇ ਨਾਲ ਅੱਜ ਸਾਡੇ ਵਿੱਚ ਪ੍ਰਾਜਮਾਨ ਹੋਏ ਪਾਉਂਦੇ ਬਾਬਾ ਜੀ ਦਾ ਜੋ ਰਾਜ ਕਰ ਰਹੇ ਆ ਬਾਬਾ ਜੀ ਦੇ ਸਰੀਰ ਦੀ ਦਾ ਉਹ ਵੈਦ ਜੀ ਪਠਾਨਕੋਟ ਤੋਂ ਵਿਸ਼ੇਸ਼ ਕਰਕੇ ਆਏ ਆ। ਬਾਬਾ ਜੀ ਕਹਿੰਦੇ ਸਵਾਗਤ ਕਰੋ ਬੋਲੇ ਸਾਡੇ ਵਿੱਚ ਆਪਣਾ ਕੀਮਤੀ ਟਾਈਮ ਆਪਣੇ ਮਰੀਜ਼ਾਂ ਨੂੰ ਆਪਣੇ ਉਹਨਾਂ ਦੁਖੀਆਂ ਮਰੀਜ਼ਾਂ ਨੂੰ ਲਾਈਨਾਂ ਵਿੱਚ ਖੜਿਆ ਛੱਡ ਕੇ ਤੁਹਾਡੇ ਪਿਆਰ ਲਈ ਅੱਜ ਬਾਬਾ ਜੀ ਦੇ ਚਰਨਾਂ ਵਿੱਚ ਇੱਥੇ ਨਤਮਸਤਕ ਹੋਣ ਵਾਸਤੇ ਆਏ ਔਰ ਬਾਬਾ ਜੀ ਨੇ ਵਿਸ਼ੇਸ਼ ਕਰਕੇ ਉਹਨਾਂ ਦੇ ਪਿਆਰ ਦੇ ਬੰਨੇ ਹੋਏ ਜਿਹਨੂੰ ਇੱਕ ਮਿੰਟ ਦਾ ਟਾਈਮ ਨਹੀਂ ਇੱਕ ਸਕਿੰਟ ਦਾ ਟਾਈਮ ਨਹੀਂ ਉਹ ਅੱਜ ਬਾਬਾ ਜੀ ਦੇ ਕੋਲ ਜਦੋਂ ਤੱਕ ਬਾਬਾ ਜੀ ਕਹਿਣਗੇ ਉਦੋਂ ਤੱਕ ਉਹਨਾਂ ਦੇ ਕੋਲ ਹੀ ਰਹਿਣਗੇ। ਇੰਨਾ ਪਿਆਰ ਬਣ ਗਿਆ, ਇੰਨਾ ਸਤਿਕਾਰ ਬਣ ਗਿਆ, ਇੰਨਾ ਉਹਨਾਂ ਦੇ ਨਾਲ ਲਗਨ ਹੋ ਗਏ। ਅੱਜ ਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੋਈ ਹੈ, ਅਸੀਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਬਾਬਾ ਜੀ ਜਲਦ ਤੋਂ ਜਲਦ ਠੀਕ ਹੋ ਕੇ ਇਸੇ ਤਰ੍ਹਾਂ ਸੰਗਤਾਂ ਨੂੰ ਦਰਸ਼ਨ ਜਾਣੇ ਨੂੰ ਠੀਕ ਕਰਨ ਔਰ ਨਾਮ ਦੀਆਂ ਅਰਦਾਸਾਂ ਨੂੰ ਠੀਕ ਕਰਨ। ਆਓ ਸਾਰੇ ਆਪਾਂ ਫਿਰ ਅਰਦਾਸ ਕਰਦੇ ਹਾਂ, ਮਨ ਟਿਕਾਓ ਜੋ ਆਪਣੇ ਮਾਰ ਕੇ ਅਰਦਾਸ ਕਰਦੇ ਹਾਂ। ਪਰਮੇਸ਼ਰ ਦੀ ਦਾ ਬੰਨਾ ਦੁੱਖ ਰੋਗ ਕਰੇ ਪਰਮੇਸ਼ਰ ਦੀ ਦਾ ਬੰਨਾ ਦੁੱਖ ਰੋਗ ਕਰੇ ਪਰਮੇਸ਼ਰ ਰੋਗ ਕਰੇ ਬੰਨਾ ਦੁੱਖ ਰੋਗ ਕਰੇ ਰੋਗ ਕਰੇ ਮੈਂ ਸੱਜਣਾ
ਸਾਹਿਬ ਕਹਿ ਰਹੇ ਸੀ ਚਲੋ ਗੱਲ ਨਹੀਂ ਜਾ ਸਕਦੀ ਹੈ ਵੀ 65 ਸਾਲ ਤੋਂ ਬਾਅਦ ਜੀਤਾ ਮਿਲ ਸਕਦਾ ਪਰ ਜਿੱਥੇ ਸੱਚੀ ਹੋਵੇ ਉੱਥੇ ਕੋਈ ਵੀ ਕਹਿ ਦੇਵੇ ਤੋ ਸੱਚ ਹੁੰਦਾ ਕਿਉਂਕਿ ਗੁਰਬਾਣੀ ਵਿੱਚ ਅਸੀਂ ਇਹ ਦੇਖਦਾ ਨਾਮ ਰੱਖੇ ਹੋ ਸਾਧੂ ਰਹੇ ਹੋ ਗੁਰੂ ਨਾਨਕ ਜਗਤ ਮੈਂ ਕਹਿੰਦੇ ਜਿਹਨਾਂ ਨੇ ਗੁਰੂ ਦੇ ਸ਼ਬਦ ਨੂੰ ਸਵਾਸ ਸਵਾਸ ਸਿਮਰਿਆ ਅਤੇ ਉਹ ਤਾਂ ਸੱਜਣਾ ਦੇ 65 ਸਾਲ ਨਹੀਂ 65 ਯੁੱਗ ਵੀ ਨਹੀਂ ਕਿ ਜਿੰਨਾ ਚਿਰ ਸੰਸਾਰ ਰਹੇਗਾ ਜਿੰਨਾ ਚਿਰ ਦੁਨੀਆਂ ਰਹੇਗੀ ਕਦੇ ਉਥਲੋ ਪੁਥਲੋ ਹੋ ਗਈ ਤਾਂ ਮੈਂ ਕਹਿ ਨਹੀਂ ਸਕਦਾ ਨਾਮ ਦੁਨੀਆਂ ਚ ਕਿਉਂਕਿ ਨਾਮ ਤਾਂ ਮੇਟ ਹੈ ਮੇਟ ਨਹੀਂ ਹੋ ਸਕਦਾ ਸੁੰਦਰ ਤਾਂ ਨਹੀਂ ਹੋ ਸਕਦਾ ਸਮਾਂ ਨੇ ਦੀਪ ਤੋਂ ਰਹਿ ਗਿਆ ਬਹਿ ਜੀ ਕਹਿੰਦੇ ਕੋਈ ਇਜਾਜ਼ਤ ਨਹੀਂ ਅਸੀਂ ਭੇਜ ਰਹੇ ਹਾਂ ਭੇਜ ਸੋ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਧੂ ਜੀ ਨੂੰ ਦਰਸ਼ਨ ਹੋਇਆ ਸ਼ਬਦ ਦੈ ਜੀ ਦਾ ਵੀ ਧੰਨਵਾਦ ਲਿਆ ਕਿ ਨਾ 2 ਮਿੰਟ ਵੀ ਨਹੀਂ ਹੈ ਸੋ ਕਿਰਪਾ ਕਰਾਈ ਤੁਹਾਨੂੰ ਤੁਹਾਨੂੰ ਮੈਂ ਸਾਧੂ ਜੀ ਧੰਨਵਾਦ ਚੌਕ ਛੱਤ ਦੇ ਮਾਲਕ ਗੋਤ ਨਾਮ ਤੇ ਜਹਾਜ ਸ਼ਬਦ ਵਿਕਾਰ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਪਿਆਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਕਰੋ ਰਸਨਾ ਪਵਿੱਤਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਸਭ ਸੰਗਤਾਂ ਧੰਨ ਧੰਨ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਮੇਲਾ ਰਾਮ ਮਹਾਰਾਜ ਜੀ ਦੀ 65ਵੀਂ ਸਲਾਨਾ ਵਾਸੀ ਨੂੰ ਮੁੱਖ ਰੱਖਦਿਆਂ ਹੋਇਆਂ ਜਿੰਦਗੀ ਦੀਆਂ ਘੜੀਆਂ ਨੂੰ ਸਫਲਾ ਕਰਨ ਵਾਸਤੇ ਸਮੂਹ ਡੇਰੇ ਦੇ ਮਹਾਂਪੁਰਸ਼ਾਂ ਦੇ ਦਰਸ਼ਨ ਕਰ ਰਹੇ ਅਤੇ ਜਿਹੜਾ ਮਾਮਾ ਹੈ ਉਹ ਜਿਹੜਾ ਪਿਆਰੀ ਸਾਹਿਬ ਸ਼ਬਦ ਨਾਲ ਜੋੜਿਆ ਅਤੇ ਜੋੜ ਕੇ ਪਿਆਰੀ ਸਾਹਿਬ ਸੰਗੀ ਅਰਦਾਸ ਮਿਲਦੀ ਗੁਰੂ ਮਹਾਂਪੁਰਸ਼ਾਂ ਦੀ ਅਤੇ ਮਾਣੀ ਕਹਿੰਦੀ ਸੁੱਖ ਸਾਗਰ ਸੁਖ ਚਿੰਤਾ ਮਨ ਕਾਮ ਧੇਨ ਵਸ ਜਾ ਕੇ ਚਾਰ ਪਦਾਰਥ ਅੰਤ ਵਿਸ਼ਵਾਸ ਨਿਰਾਮਿਤ ਕਰ ਤਲ ਸੁਖ ਸਾਗਰ ਸੁਰ ਤਰ ਚਿੰਤਾ ਮਨ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਵਸ ਜਾਕੇ ਸੁਖ ਸਾਗਰ ਸੁਰ ਤਰ ਚਿੰਤਾ ਮਨ ਸੁਰ ਤਰ ਚਿੰਤਾ ਮਨ ਕਾਮ ਧੇਨ ਵਸ ਜਾਕੇ ਸੁਖ ਸਾਗਰ ਸੁਰ ਤਰ ਚਿੰਤਾ ਮਨ ਚਾਰ ਪਿਦਾਰ ਨਵਨੀ ਦੇ ਕਰ ਤਰ ਪਾਗੇ
सुखी सागर सुर कर जेगा मने, सुखी सागर सुर कर जेगा मने, वासुदेव वास जावे, सुखी सागर सुर कर जेगा सावज सुरे तर चिंता माने हरे 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 ना जप रसना जपति रसना हरे 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 ना जप अब सब त्यागी जाए सेना अब सब त्यागी जाने रसना सुखे सागे रे सुर जेगा सुखे सागे रे सुर तर जेगा सुखी सागे रे सुर तर चिंता मने कमते निवास जावे सुखी सागे रे सुर तर चिंता मने सहजिस माति उपाद रहते पुने सहजिस माति उपाद रहते पुने बचे पानी बिलाई चरण विदास कह रविदास प्रकाश दे तारी जन्म मरण पाई जन्म मरण पाई सुख सागर सुर तर जेगा मने सुख सागर सुर तर जेगा मने कमते निवास जावे सुख सागर सुर तर जेगा मने हरे 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 सब जागी रचने रचना
सुखी सगी सुर कर जनता सुखी सगी सुर कर चिंता सुख सागर सुरत चिंता मन काम के बस जाके चार पदार्थ अर्थ शासक नवनित कर दता ते प्यारी साहब संगी रसना दे नाल मन कहिंदा सब कुछ तैनूं प्राप्त होना लिख ये जिहड़ी जीव है रसना इहदे नाल तैनूं परमात्मा के चरणा के नाल जोड़ना पवेगा भाव की सिमरन करना पवेगा ते असीं प्यारी साहब संग जी महापुरशां की चढ़ती कला वास्ते अरदास करनी है ते यह अरदास प्यारी साध संगत जी तदन की प्रगति उस्तत गुरु संत बीत सावधान एकागर चित जे थोड़े बच्चे एकाग्रता जरा मन है थोड़ा शब्द न जुड़ता तो असं अरदास बेनती करनी है सारिया संगत यह बेनती है तो प्यारी साहब जब अरदास होने से अरदास करेंगे महापुरशा संत बाबा भगवान दास महाराज तंदुरुस्तिया बख्शिया देह रुखता के दान बख्शिश करने ताकि जिस तरह पहला अं महापुरश तरह संगत गचन ਵਿਚਾਰਾ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕ ਹੋ ਜਾਂਦੀਆਂ ਨੇ ਤੇ ਸਖਤ ਵਸ਼ ਜੋ